ਸੁਖਵੰਤ ਕੌਰ ਕੀ ਮਸਲਾ ਹੈ ਸਾਰਾ ਤੇ ਕੌਣ ਲੱਗ ਸੀ ਲਗਤ ਬਾਜੀ ਸਾਡੀ ਕੋਈ ਨਹੀਂ ਸੀ ਆਮ ਪਾਰਟੀ ਬਣੀ ਆ ਮੇਰਾ ਪੁੱਤ ਪ੍ਰਧਾਨ ਸੀ ਦਾਹਾਂ ਪਿੰਡਾਂ ਦਾ ਇਹਨੇ ਆਮ ਆਦਮੀ ਨੇ ਚੁਣਿਆ ਸੀ ਜਿੱਥੋਂ ਇਹਨੇ ਜਿੱਤ ਗਿਆ ਆਦਮੀ ਰਮਦਾਸ ਜਿੱਤ ਗਿਆ ਤੇ ਦਾਹਾਂ ਦਿਨਾਂ ਬਾਅਦ ਇਹਨੇ ਕੱਢ ਕੇ ਉਹ ਮਾਰਿਆ ਆ ਜਿਹੜੇ ਨਵੇਂ ਜੁੜੇ ਸੀ ਇਹਦੇ ਨਾਲ ਕਾਲੀਆਂ ਦੇ ਬੰਦੇ ਗੁਰਲਾਲ ਸਿੰਘ ਸੀ ਪਿੰਡ ਮਾਵਾ ਅਤੇ ਸਕੱਤਰ ਸਿੰਘ ਸੀ ਪਿੰਡ ਮਾਵਾ ਉਹਨਾਂ ਦੇ ਬੰਦਿਆਂ ਉਹਨਾਂ ਨੇ ਬੰਦੇ ਕਰਕੇ ਅਤੇ ਮੇਰੇ ਪੋਤੇ ਹਮਲਾ ਕਰਾਇਆ ਮਾਰਨ ਦੀ ਕੋਸ਼ਿਸ਼ ਕੀਤੀ ਆ ਧਮਕੀਆਂ ਬੜੀਆਂ ਦਿੰਦੇ ਸੀ ਗੋਲੀਆਂ ਜੀ ਹੁਣ ਤਾਂ ਅਟਾਰੀ ਸੀ ਪਹਿਲਾਂ ਇਹਨਾਂ ਨੇ ਚਲਾਈਆਂ ਦੋ ਤਿੰਨ ਗੋਲੀਆਂ ਚਲਾਈਆਂ ਆ ਹਥੌਣ 'ਤੇ ਪਰ ਉਹ ਮਿਸ ਹੋ ਗਈਆਂ ਆ ਅਤੇ ਬਚਾਅ ਹੋ ਗਿਆ ਗੋਲੀਆਂ ਦਾ ਚਲਾਈਆਂ ਬੜੀਆਂ ਆ ਡੰਡਿਆਂ ਨਾਲ ਵੀ ਮਾਰਿਆ ਆ ਧੋਇਆ ਵੀ ਆ ਉਹਨੂੰ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਆ ਉਹ ਮਹਾਰਾਜ ਡਾਢਾ ਸੀ ਗੁਰੂ ਰਾਮਦਾਸ ਜੀ ਨੇ ਮੇਰੇ ਪੁੱਤ ਨੂੰ ਬਚਾ ਲਿਆ ਮੇਰੇ ਪੁੱਤ ਤੋਂ ਕੁਛ ਨਹੀਂ ਸੀਗਾ 6 ਵਜੇ ਘਰੋਂ ਗਿਆ ਆ ਆਪਣੇ ਘਰਦਿਆਂ ਨੂੰ ਦਵਾ ਦਵਾ ਕੇ ਅਤੇ ਉੱਥੋਂ ਟਾਰੀ ਗਿਆ ਆ ਅਤੇ ਟਾਰੀ ਉੱਥੋਂ ਹੀ ਮਗਰ ਲੱਗ ਗਏ ਆ ਅਤੇ ਇਹ ਇਕੱਲਾ ਸੀਗਾ ਅਤੇ ਜ਼ਿੰਮੇਵਾਰ ਸਰਕਾਰ ਸੀ ਰਮਦਾਸ ਸੀ ਗੁਰਪ੍ਰੀਤ ਸਿੰਘ ਮਹਾਵਾ ਜੀ ਅੱਜ ਦਾਖਲ ਹੋਏ ਨੇ ਹਸਪਤਾਲ ਵਿੱਚ ਇਸ ਸੰਬੰਧ ਵਿੱਚ ਰਾਤ ਨੂੰ ਪਤਾ ਲੱਗਾ ਸੀਗਾ ਕਿ 8:30 ਵਜੇ ਇਹ ਅਟਾਰੀ ਗਏ ਸੀਗੇ ਉੱਥੋਂ ਜਦੋਂ ਵਾਪਸ ਆ ਰਹੇ ਸੀ ਅਤੇ ਇਹਨਾਂ ਦਾ ਤਕਰਾਰ ਕਿਸੇ ਬੰਦੇ ਨਾਲ ਹੋਇਆ ਜੋ ਇਹਨਾਂ ਨੂੰ ਰਾਤ ਨੂੰ ਦਾਖਲ ਕਰਾਤਾ ਸੀ ਹਸਪਤਾਲ ਦੇ ਵਿੱਚ ਭੇਜਤਾ ਸੀਗਾ ਅਤੇ ਮੌਕੇ ਨੂੰ ਤਸਦੀਕ ਕੀਤੀ ਗਈ ਉੱਥੋਂ ਇਹੀ ਗੱਲ ਸਾਹਮਣੇ ਆਈ ਹੈ ਕਿ ਇਹ ਕਾਰ 'ਤੇ ਸੀਗੇ ਅਤੇ ਕੁਛ ਬੰਦਿਆਂ ਨਾਲ ਆਪਸੀ ਝਗੜਾ ਜ਼ਰੂਰ ਹੋਇਆ ਅਤੇ ਜੋ ਮੌਕੇ 'ਤੇ ਬੰਦੀ ਕਾਰਵਾਈ ਅਸੀਂ ਅਮਲ 'ਚ ਲਿਆ ਕੇ ਦੋਸ਼ੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ ਕਿੰਨੇ ਬੰਦੇ ਸੀ ਟੋਟਲ ਕੀ ਸਾਹਮਣੇ ਆਇਆ ਦੂਜੇ ਪਾਸੇ ਗੋਲੀਆਂ ਵੀ ਕਹਿੰਦੇ ਮੇਰੇ 'ਤੇ ਵੀ ਫਾਇਰ ਕੀਤੇ ਸੀ 2 ਮਿਸ ਫਾਇਰ ਹੋਏ ਉਸ ਤੋਂ ਬਾਅਦ 4 ਫਾਇਰ ਜਿਹੜੇ ਨੇ ਉਹ ਗੱਡੀ ਦੇ ਉੱਪਰ ਵੀ ਕੀਤੇ ਦੇਖੋ ਜੇ ਤੁਸੀਂ ਗੱਡੀ ਵੇਖੋ ਤਾਂ ਗੱਡੀ 'ਤੇ ਐਸੇ ਕੋਈ ਐਵੀਡੈਂਸ ਨਹੀਂ ਹੈ ਕੋਈ ਨਿਸ਼ਾਨ ਨਹੀਂ ਹੈਗਾ ਉਹ ਮੌਕਾ ਵੀ ਵੇਖਿਆ ਸਾ ਮੌਕੇ 'ਤੇ ਕੋਈ ਖੋਲ ਕਰਤੂਸ ਫਿਲਹਾਲ ਤਾਂ ਕੋਈ ਮਿਲਿਆ ਨਹੀਂ ਆਪਾਂ ਨੂੰ ਅਤੇ ਗੱਡੀ 'ਤੇ ਵੀ ਜੇ ਤੁਸੀਂ ਆਪ ਜਾ ਕੇ ਦੇਖੋਗੇ ਤਾਂ ਉਹਦੇ ਵਿੱਚ ਕੋਈ ਗੋਲੀ ਦਾ ਨਿਸ਼ਾਨ ਨਹੀਂ ਮਿਲਿਆ ਦੇਖੋ ਜੀ ਜੇ ਕੋਈ ਦਰਖਾਸਤ ਦਿੱਤੀ ਹੈ ਉਹ ਤਾਂ ਪ੍ਰੋਪਰ ਕਾਰਵਾਈ ਹੋਈ ਹੋਏਗੀ ਕੋਈ ਐਸੀ ਗੱਲ ਨਹੀਂ ਉਹ ਚੈੱਕ ਕਰਨਾ ਪੈਣਾ ਆਪਾਂ ਲੇਕਿਨ ਮੈਂ ਇੱਥੇ ਇਹ ਜ਼ਰੂਰ ਗੱਲ ਕਹਿਣਾ ਚਾਹਾਂਗਾ ਕਿ ਇਹ ਤਕਰਾਰ ਆਪਸ ਦੇ ਵਿੱਚ ਜ਼ਰੂਰ ਹੈਗੀ ਹੈ ਜੇ ਜਿਹਨਾਂ ਨੂੰ ਉੱਥੇ ਸੱਟਾਂ ਲੱਗੀਆਂ ਸੋ ਜਿਵੇਂ ਗੱਲ ਕਹਿ ਰਹੇ ਆ ਕਿ ਫਾਇਰ ਆਰਮ ਤੋਂ ਫਾਇਰ ਹੋਇਆ ਫਿਲਹਾਲ ਉਹੋ ਜਿਹੀ ਗੱਲ ਕੋਈ ਸਾਹਮਣੇ ਨਹੀਂ ਆ ਰਹੀ ਕਿਉਂਕਿ ਜਿਵੇਂ ਕਹਿ ਰਹੇ ਨੇ ਸਿੱਧੀਆਂ ਗੋਲੀਆਂ ਚਲਾਈਆਂ ਬੰਦਾ ਗੱਡੀ ਸੀ ਸਿੱਧੀਆਂ ਗੋਲੀ ਚਲਾਈਆਂ ਹੋਣ ਤਾਂ ਫਿਰ ਆਪ ਜੀ ਨੂੰ ਪਤਾ ਕਿ ਗੱਡੀ 'ਤੇ ਗੋਲੀ ਲੱਗਣਾ ਚਾਹੀਦਾ ਸੀਗਾ ਕੋਈ ਨਿਸ਼ਾਨ ਹੋਣਾ ਜ਼ਰੂਰੀ ਸੀਗੇ ਉਹੋ ਜਿਹੇ ਨਿਸ਼ਾਨ ਕੋਈ ਸਾਹਮਣੇ ਨਹੀਂ ਕਰਨੀ ਆਏ ਦੇਖੋ ਜੀ ਇਹ ਤਾਂ ਇਹਨਾਂ ਦਾ ਵਰਸ਼ਨ ਹੈ ਨਾ ਹੁਣ ਸਾਨੂੰ ਨਹੀਂ ਪਤਾ ਇਹਦੇ ਬਾਰੇ ਕੀ ਸੱਚਾਈ ਹੈ ਕੀ ਨਹੀਂ ਲੇਕਿਨ ਨਾ ਸਾਨੂੰ ਕਿਸੇ ਦਾ ਫੋਨ ਆਇਆ ਨਾ ਸਾਨੂੰ ਕਿਸੇ ਨੇ ਪ੍ਰੈਸਰਸ ਕੀਤਾ ਨਾ ਕਿਸੇ ਦੀ ਕੋਈ ਇਨਵੋਲਵਮੈਂਟ ਸਾਹਮਣੇ ਆਈ ਹੈ ਗੱਲ ਇੰਨੀ ਜ਼ਰੂਰ ਹੈ ਕਿ ਆਪਸ ਤਕਰਾਰ ਜ਼ਰੂਰ ਹੋਇਆ ਝਗੜਾ ਜ਼ਰੂਰ ਹੋਇਆ ਬਾਕੀ ਗੁਰਲਾਲ ਦੇ ਦੂਸਰੇ ਲੜਕੇ ਬਾਰੇ ਜਿਹੜੇ ਕਿ ਨਹੀਂ ਉਹ ਵੈਰੀਫਾਈ ਕਰ ਰਹੇ ਨੇ ਕੌਣ ਆ ਬੰਦੇ ਕਿਉਂਕਿ ਇਹ ਤਾਂ ਰਾਤ ਨੂੰ ਕਹਿ ਰਹੇ ਸੀ ਮੈਨੂੰ ਪਤਾ ਨਹੀਂ ਬੰਦੇ ਕਿਹੜੇ ਆ ਜਿਹੜੇ ਬੰਦੇ ਬਾਰੇ ਹੁਣ ਦੱਸ ਰਹੇ ਨੇ ਉਹਨਾਂ ਨੂੰ ਵੈਰੀਫਾਈ ਕਰ ਲੈਣੇ ਆ ਕਹਿੰਦਾ ਭਾਵ ਹੈ ਜਿਹੜਾ ਦੋਸ਼ੀ ਹੋਏਗਾ ਉਹ ਅੰਦਰ ਦਿੱਤਾ ਜਾਏਗਾ ਰੂਲ ਆਫ ਲਾਅ ਵਿਲ ਬੀ ਮੇਨਟੇਨ ਬਾਈ ਆਲ ਮੀਨਸ ਥੈਂਕ ਯੂ